ਮੁਕਤਸਰ ਵਿਖੇ ਅਪਰਾਧੀ ਅਤੇ ਗੁੰਡਾ ਅਨਸਰ ਆਪਣੀਆਂ ਵਾਰਦਾਤਾਂ ਦੇ ਰਾਹੀਂ ਸ਼ਹਿਰ ਦੇ ਵਿੱਚ ਲੋਕਾਂ ਨੂੰ ਆਪਣਾ ਨਿਸ਼ਾਨਾ ਬਣਾਉਂਦੇ ਹੋਏ ਜਿੱਥੇ ਦਹਿਸ਼ਤ ਦਾ ਸਬਬ ਬਣਦੇ ਜਾ ਰਹੇ ਹਨ, ਤਾਂ ਦੂਜੇ ਪਾਸੇ ਬੇਖੌਫ ਹੋ ਕੇ ਲੁਟੇਰੇ ਸਰੇ ਰਾਹ ਲੁੱਟਣ ਅੰਜਾਮ ਦੇ ਲੋਕਾਂ ਨੂੰ ਲੱਖਾਂ ਦੀ ਚਪੇਟ ਲਗਾ ਰਹੇ ਹਨ ਅਤੇ ਪੁਲਿਸ ਇਹ ਸਭ ਕੁਝ ਰੋਕ ਪਾਉਣ 'ਚ ਪੂਰੀ ਤਰ੍ਹਾਂ ਨਾਲ ਨਾਕਾਮ ਸਾਬਿਤ ਹੋ ਰਹੀ ਹੈ। CCTV ਫੁਟੇਜ ਦੇ ਹਰ ਹਿੱਸੇ ਨੂੰ ਜ਼ਰਾ ਗੌਰ ਨਾਲ ਦੇਖਿਓ, ਕਿਵੇਂ ਕਿ ਮੋਟਰਸਾਈਕਲ ਸਵਾਰ ਪਿੱਛੇ ਆ ਰਹੀ ਗੱਡੀ ਨੂੰ ਥਾਂ ਦੇਣ ਦੇ ਲਈ ਸਾਈਡ 'ਤੇ ਹੁੰਦੇ ਹਨ ਅਤੇ ਜਿਵੇਂ ਹੀ ਗੱਡੀ ਨੇੜੇ ਆਉਂਦੀ ਹੈ ਤਾਂ ਇਸ ਵਿੱਚੋਂ ਲੁਟੇਰੇ ਨਿਕਲਦੇ ਹਨ ਅਤੇ ਪਿਸਤੌਲ ਦੀ ਨੋਕ 'ਤੇ ਫਾਈਨਾਂਸ ਕੰਪਨੀ ਦੇ ਇਸ ਕਰਿੰਦੇ ਦੇ ਕੋਲੋਂ ਰੁਪਈਆ ਨਾਲ ਭਰਿਆ ਬੈਗ ਲੈ ਕੇ ਆਸਾਨੀ ਨਾਲ ਫਰਾਰ ਹੋ ਜਾਂਦੇ ਹਨ। ਦਰਅਸਲ ਮਲੋਟ ਵਿਖੇ ਫਾਈਨਾਂਸ ਕੰਪਨੀ ਦਾ ਇਹ ਕਰਿੰਦਾ ਲੋਕਾਂ ਤੋਂ ਉਗਾਈ ਕਰਕੇ ਬੈਂਕ ਵਿੱਚ ਰਕਮ ਨੂੰ ਜਮ੍ਹਾਂ ਕਰਵਾਉਣ ਲਈ ਜਾ ਰਿਹਾ ਸੀ। ਉਸ ਵੇਲੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ। ਲੁਟੇਰੇ ਪੂਰੀ ਤਿਆਰੀ ਦੇ ਨਾਲ ਪਹੁੰਚੇ ਸਨ। ਵਾਰਦਾਤ ਸਰ ਹੁਆ ਕਿ ਮੈਂ ਬੈਂਕ ਬ੍ਰਾਂਚ ਸੇ ਆਪਣੇ ਡਿਪੋਜ਼ਿਟ ਕਰਨੇ ਕੇ ਲਿਏ ਐਕਸਿਸ ਬੈਂਕ ਜਾ ਰਹੇ ਥੇ ਸਰ ਜੀ, ਔਰ ਪਿੱਛੇ ਸੇ ਬੰਦੇ ਆਏ ਮੇਰੇ ਪਿੱਛੇ ਲਗਾ ਕਰਕੇ ਕਾਰ ਥੀ ਸਰ, ਫੋਰ ਵੀਲਰ ਗਾੜੀ ਜੀ, ਔਰ ਸਫੇਦ ਰੰਗ ਕੀ ਥੀ, ਔਰ ਉਸਮੇ ਸੇ ਬੰਦਾ ਨਿਕਲਾ ਔਰ ਮੇਰੇ ਤਲਪੜੀ ਤਾਂ ਸਟਾ ਕਰਕੇ ਮੇਰਾ ਬੈਗ ਛਿੱਟ ਗਿਆ ਮੇਰੇ ਕੋ ਨੀਚੇ ਗਿਰਾ ਕਰ। ਕਿਤਨੇ ਕਿਤਨੇ ਅਮਾਊਂਟ ਸੀ? ਅਮਾਊਂਟ 9,99,000। ਇਸ ਵਾਰਦਾਤ ਨੂੰ ਅੰਜਾਮ ਦੇਣ ਲਈ ਇਕੱਲੇ ਗੱਡੀ ਵਿੱਚ ਸਵਾਰ ਲੋਕ ਹੀ ਸ਼ਾਮਲ ਨਹੀਂ ਸਨ, ਬਲਕਿ ਅੰਦੇਸ਼ਾ ਇਹ ਜਤਾਇਆ ਜਾ ਰਿਹਾ ਹੈ ਕਿ ਬਾਈਕ ਸਵਾਰ ਵੀ ਉਹਨਾਂ ਦੇ ਨਾਲ ਹੀ ਸਨ ਜਿਹੜੇ ਸਾਏ ਦੀ ਤਰ੍ਹਾਂ ਲੁੱਟ ਦਾ ਸ਼ਿਕਾਰ ਹੋਣ ਵਾਲੇ ਕੰਪਨੀ ਕਰਮਚਾਰੀ ਦਾ ਪਿੱਛਾ ਕਰ ਰਹੇ ਸਨ। ਦੂਜੇ ਪਾਸੇ ਘਟਨਾ ਦੀ ਸੂਚਨਾ ਪਾ ਮੁੱਕੇ 'ਤੇ ਪੁਲਿਸ ਪਹੁੰਚੀ ਅਤੇ ਪੁਲਿਸ ਨੇ CCTV ਨੂੰ ਖੰਗੋਲਦੇ ਹੋਏ ਛੇਤੀ ਹੀ ਆਰੋਪੀਆਂ ਨੂੰ ਕਾਬੂ ਕਰ ਲੈਣ ਦਾ ਦਾਅਵਾ ਕਰ ਰਹੀ ਹੈ। ਭਾਰਤ ਫਾਈਨਾਂਸ ਇਨਕਲੂਜ਼ਨ ਲਿਮਿਟਡ ਵਾਲੇ ਨੇ ਇਹ ਜੀ ਰਿਕਵਰੀ ਦਾ ਕੰਮ ਕਰਦੇ ਆ, ਇਹ ਕਹਿ ਰਹੇ ਵੀ 9,99,000 ਰੁਪਇਆ ਸੀਗਾ ਇਹਨਾਂ ਕੋਲ ਜੀ, ਦੋ ਮੋਟਰਸਾਈਕਲ 'ਤੇ ਸਵਾਰ ਸੀਗੇ ਅਤੇ ਕਾਰ 'ਚ ਸੀਗਾ, ਮੈਂ 3 ਜਣੇ ਸੀ, ਦੋ ਅਤੇ 3-5 ਸੀ ਟੋਟਲ। ਠੀਕ ਹੈ ਜੀ। ਉਹ ਦੇਖ ਰਿਹਾ CCTV ਦੇ ਵਿੱਚ ਇਹਨਾਂ ਨੂੰ ਕੋਈ ਸਮਾਨ ਤੱਕ ਹੋਇਆ, ਬਟ ਉਹਨੂੰ ਵੈਰੀਫਾਈ ਕਰ ਰਿਹਾ ਵੀ ਕੀ ਗੱਲਬਾਤ ਅਸਲੀਅਤ ਕੀ ਹੈ। ਠੀਕ ਹੈ ਜੀ। ਉਹ ਬਣ ਗਈ ਇਨਵੈਸਟੀਗੇਸ਼ਨ, PCR 'ਤੇ ਵੀ ਇਤਲਾਹ ਦਿੱਤੀ, ਸਾਰਾ ਕੁਛ ਨਾਕੇ ਵਗੈਰਾ ਅਲਰਟ ਕਰਾ ਕੇ ਵੈਰੀਫਾਈ ਕਰਦੇ ਕਾਰਵਾਈ ਕਰ ਰਹੇ ਹਾਂ। ਦੂਜੇ ਪਾਸੇ ਇੰਨੀ ਵੱਡੀ ਰਕਮ ਨੂੰ ਲੈ ਕੇ ਕਿਸੇ ਕੰਪਨੀ ਕਰਮਚਾਰੀ ਦਾ ਸੜਕ 'ਤੇ ਨਿਕਲਣਾ ਖਤਰੇ ਤੋਂ ਖਾਲੀ ਨਹੀਂ। ਇਸ ਗੱਲ ਨੂੰ ਲੈ ਕੇ ਕੰਪਨੀ ਦੀ ਲਾਪਰਵਾਹੀ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ। ਹੁਣ ਵਾਪਰੀ ਇਸ ਵਾਰਦਾਤ ਨੂੰ ਲੈ ਕੇ ਦੁਕਾਨਦਾਰ ਅਤੇ ਆਸੇ ਪਾਸੇ ਦੇ ਲੋਕ ਵੀ ਦਹਿਸ਼ਤ ਵਿੱਚ ਸਨ। PSS ਸਮਾਚਾਰ, ਮੁਕਤਸਰ, ਤਰਸੇਮ ਡਿਊਡੀ।